ਹਾਂਜੀ ਪੀ ਆਰ ਓ ਸਾਹਿਬ ਅੱਜ ਜਿਹੜਾ ਜੈਂਟਸ ਗਰੁੱਪ ਵੱਲੋਂ ਕੈਂਪ ਲਾਇਆ ਗਿਆ ਹੈ ਹਾਰਟ ਦੇ ਪੇਸ਼ੈਂਟ ਦਾ ਬਹੁਤ ਹੀ ਲੋਕਾਂ ਨੇ ਲਾਹ ਲਿਆ ਹੈ ਇਸ ਕੈਂਪ 'ਚ ਅਤੇ ਤੁਸੀਂ ਦੱਸੋ ਬਈ ਅੱਜ ਦੇ ਕੈਂਪ ਬਾਰੇ ਸਾਡੇ ਸੁਣਨ ਦੇ ਦੇਖਣ ਵਾਲੇ ਨੂੰ ਜਾਣਕਾਰੀ ਦਿਓ ਦੇਖੋ ਇਸ ਤਰ੍ਹਾਂ ਹੈ ਅਸੀਂ ਕੋਸ਼ਿਸ਼ ਕੀਤੀ ਸੀ ਕਿ ਫੋਰਟਿਸ ਹੋਸਪਿਟਲ ਦੇ ਡਾਇਰੈਕਟਰ ਹੈ ਡਾਕਟਰ ਕਲਰਾ ਹਾਂਜੀ ਠੀਕ ਹੈ ਜੀ ਜਿਹੜੇ ਨੌਰਥ ਇੰਡੀਆ ਦੇ ਸਭ ਤੋਂ ਵੱਡੇ ਡਾਕਟਰ ਹੈ ਹਾਰਟ ਦੇ ਜੀ ਇਹਨਾਂ ਨੂੰ ਰਿਕੁਐਸਟ ਕੀਤੀ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਸਾਡੀ ਰਿਕੁਐਸਟ ਕਬੂਲ ਕੀਤੀ ਇੱਥੇ 220 ਮਰੀਜ਼ਾਂ ਦਾ ਚੈੱਕਅਪ ਹੋਇਆ ਜੀ 100 ਮਰੀਜ਼ਾਂ ਦੀ ਇੱਕੋ ਹੋਈ ਇੱਕੋ ਜੋ ਇੱਕ 1200 ਦਾ ਟੈਸਟ ਹੈ ਡਾਕਟਰ ਸਾਹਿਬ ਵੱਲੋਂ ਫ੍ਰੀ ਕੀਤਾ ਜੀ ਤੇ ਇਹਨਾਂ ਦੀ ਸੇਵਾਵਾਂ ਦਾ ਭਰਪੂਰ ਲਾਭ ਉਠਾਇਆ ਰਾਜਪੁਰ ਦੀ ਜਨਤਾ ਨੇ ਜੀ ਤੇ ਇਹਨਾਂ ਦੀ ਨੇਚਰ ਐਸੀ ਹੈ ਜਿਵੇਂ ਰੱਬ ਵੱਲੋਂ ਦਿੱਤੀ ਇੱਕ ਸਭ ਤੋਂ ਵੱਡੀ ਦੇਣ ਹੈ ਬਹੁਤ ਪੋਲਾਈਟਲੀ ਬੋਲਦੇ ਨੇ ਹਰ ਮਰੀਜ਼ ਨੂੰ ਬੋਲ ਬਾਲ ਨਾਲ ਹੀ ਅੱਧਾ ਠੀਕ ਕਰ ਦਿੰਦੇ ਨੇ ਬਹੁਤ ਹੀ ਸਾਨੂੰ ਮਜ਼ਾ ਆਇਆ ਇੰਜੋਏ ਆਇਆ ਕੰਮ ਕਰਨ ਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਵਿਸ਼ਵ ਵਿੱਚ ਵੀ ਇਹਨਾਂ ਦੀ ਸੇਵਾਵਾਂ ਲੈਂਦੇ ਰਹੇ ਜੀ ਤੇ ਇਹ ਦੱਸੋ ਬਈ ਆਪਾਂ ਕਿੰਨੇ ਕੁ ਲੋਕਾਂ ਨੇ ਅੱਜ ਲਾਹਾ ਲਿਆ ਹੈਗਾ ਇਸ ਕੈਂਪ ਵਿੱਚ 200 ਤਕਰੀਬਨ 220 ਮਰੀਜ਼ ਆਏ ਨੇ ਇੱਥੇ 220 ਮਰੀਜ਼ ਆਏ ਨੇ ਠੀਕ ਹੈ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਵੱਲੋਂ ਡਾਕਟਰ ਸਾਹਿਬ ਦਾ ਵੀ ਅਤੇ ਬਹੁਤ ਹੀ ਤੁਸੀਂ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਮਰੀਜ਼ਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ